ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੋਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ, ਇਸ ਨੰਬਰ 'ਤੇ ਵਟਸਐਪ ਕਰਨਾ, ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਔਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ। ਅਤੇ ਅੱਜ ਫਿਰ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਉਹ ਸੂਟ ਆ ਜਿਹੜੇ ਉਹ ਡਿਸਕਾਊਂਟ ਦੇ ਵਿੱਚ ਰਹਿਣਗੇ। ਅਤੇ ਲਓ ਵੀ ਅੱਜ ਆਪਾਂ ਤੁਹਾਡੇ ਲਈ ਫਿਰ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਹਾਂ। ਅਤੇ ਕੁਛ ਕੁ ਸੂਟ ਮੈਂ ਉਹ ਦਿਖਾਊਂਗੀ ਜਿਹੜਾ ਸੂਟ ਜਿਸ ਤਰ੍ਹਾਂ ਦਾ ਮੈਂ ਪਾ ਰੱਖਿਆ। ਪ੍ਰਿੰਟ ਜ਼ਰੂਰ ਹੋਰ ਮਿਲੂਗਾ ਪਰ ਸਟੱਫ ਇਹੀ ਮਿਲੂਗਾ। ਔਰ ਇਹ ਸੂਟ ਮੈਂ 2 ਸਾਲ ਤੋਂ ਪਾ ਰਹੀ ਹਾਂ, ਰਿਓਨ ਕੋਟਨ ਦੇ ਵਿੱਚ ਹੈ ਔਰ ਬਹੁਤ ਜ਼ਿਆਦਾ ਕੰਫਰਟੇਬਲ ਹੈ, ਕੋਈ ਕਲਰ ਨਹੀਂ ਜਾਂਦਾ, ਕੋਈ ਸ਼ਿਕਾਇਤ ਨਹੀਂ ਹੈਗੀ। 2 ਸਾਲ ਤੋਂ ਮੈਂ ਇਹਨੂੰ ਕੰਫਰਟੇਬਲੀ ਹੰਢਾ ਰਹੀ ਹਾਂ ਔਰ ਮੈਂ ਵਾਰ ਵਾਰ ਪਾਉਣ ਨੂੰ ਮੇਰਾ ਇਹਨੂੰ ਦਿਲ ਕਰਦਾ ਹੈਗਾ, ਤਾਂ ਕਰਕੇ ਅੱਜ ਇਹੀ ਸੂਟ ਪਾ ਕੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਕਿ ਇਹਦੇ ਨਾਲ ਦੇ ਸੂਟ ਪਰ ਪ੍ਰਿੰਟ ਹੋਰ ਮਿਲੂਗਾ, ਕੱਟਵਰਕ ਦੇ ਵਿੱਚ ਮਿਲਣਗੇ। ਬਹੁਤ ਜ਼ਿਆਦਾ ਕੰਫਰਟੇਬਲ ਸੂਟ ਹੈ ਜੀ, ਬਸ ਤੁਸੀਂ ਜਿਵੇਂ ਮੈਨੂੰ ਮਰਜ਼ੀ ਪਾਓ, ਜਿਵੇਂ ਮਰਜ਼ੀ ਤੋਂ ਕੋਈ ਕਲਰ ਨਹੀਂ ਜਾਣਾ, ਕੋਈ ਗ੍ਰੇਸ ਨਹੀਂ ਖਤਮ ਹੁੰਦੀ। ਵੱਡੀ ਗੱਲ, ਨਾ ਰੰਗ ਫੇਟ ਹੁੰਦਾ, ਨਾ ਰੰਗ ਨਿਕਲਦਾ ਔਰ ਨਾ ਹੀ ਇਹ ਐਂ ਲੱਗਦਾ ਕਿ ਇਹ ਪੁਰਾਣਾ ਹੋ ਗਿਆ। ਠੀਕ ਹੈ ਜੀ, ਚਲੋ ਮੈਂ ਦਿਖਾਉਣੀ ਹੈ ਤੁਹਾਨੂੰ ਅੱਜ ਦੇ ਸੂਟ। ਪਹਿਲਾਂ ਮੈਂ ਤੁਹਾਨੂੰ 3 ਸੂਟ ਉਹੀ ਦਿਖਾਊਂਗੀ ਜਿਹੜਾ ਸੂਟ ਮੈਂ ਪਾ ਰੱਖਿਆ ਉਹ ਵਾਲੇ ਸਟੱਫ ਦੇ ਵਿੱਚ। ਠੀਕ ਹੈ ਜੀ, ਲਓ ਜੀ ਪਹਿਲਾ ਸੂਟ, ਇਹਦੇ ਵਿੱਚ ਨਾ ਕਲਰ ਤੁਹਾਨੂੰ 3 ਮਿਲਣਗੇ, ਪ੍ਰਿੰਟ ਸੇਮ ਮਿਲੂਗਾ ਅਤੇ ਫੋਇਲ ਪੇਂਟ ਵੀ ਹੈ ਇਹਦੇ ਉੱਪਰ। ਠੀਕ ਹੈ ਜੀ, ਲਓ ਮੈਂ ਤੁਹਾਨੂੰ, ਇਹ ਬਲੈਕ ਕਲਰ ਦੇ ਵਿੱਚ ਹੈਗਾ, ਫੋਇਲ ਪੇਂਟ ਹੈ ਇਹਦੇ ਉੱਪਰ, ਤੁਹਾਨੂੰ ਸ਼ਾਈਨ ਕਰਦਾ ਜਿਹੜੀ ਆਹ ਚੀਜ਼ ਹੈ ਜਿਵੇਂ ਆਹ ਵਿੱਚ ਐਂ ਸ਼ਾਈਨ ਕਰਦਾ ਦਿਖਦਾ ਹੋਣਾ, ਉਹ ਫੋਇਲ ਪੇਂਟ ਹੈ ਸਾਰਾ ਜੀ। ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਅਤੇ ਬਲੈਕ ਕਲਰ ਦੇ ਵਿੱਚ ਹੈਗਾ, ਰਿਓਨ ਕੋਟਨ ਦੇ ਵਿੱਚ। ਉਹ ਵਾਲੀ ਰਿਓਨ ਕੋਟਨ ਨਹੀਂ ਹੈ ਜਿਹੜੀ ਲਮਕਣ ਲੱਗ ਜਾਂਦੀ ਹੈ ਥੋੜ੍ਹੀ ਦੇਰ ਬਾਅਦ, ਢਿੱਲੀ ਢਿੱਲੀ ਹੋ ਜਾਂਦੀ ਹੈ, ਉਸ ਤਰ੍ਹਾਂ ਦੀ ਰਿਓਨ ਕੋਟਨ ਨਹੀਂ ਹੈਗੀ, ਬਹੁਤ ਸੁਪੀਰੀਅਰ ਕੁਆਲਿਟੀ ਦੀ ਰਿਓਨ ਕੋਟਨ ਹੈ ਜੀ। ਔਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਇਹ ਸੂਟ ਤੋਂ ਆਪ ਪਾ ਰਹੀ ਹਾਂ, ਹੰਢਾ ਰਹੀ ਹਾਂ ਅਤੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਮੈਂ ਤੁਹਾਨੂੰ ਘੇਰਾ ਵਗੈਰਾ ਨਾਪ ਦਿੰਦੀ ਹਾਂ ਕਿਉਂਕਿ ਇਹਦੇ 'ਤੇ ਕੱਟ ਵਰਕ ਹੋਇਆ, ਮੈਂ ਤੁਹਾਨੂੰ ਕੱਟ ਵਰਕ ਦਿਖਾਉਣੀ ਹੈ ਤਾਂ। ਲਓ ਜੀ ਕੱਟ ਵਰਕ ਨਾਪ ਦਿੰਦੇ ਹਾਂ ਆਪਾਂ, ਲਓ ਜੀ ਇਹਦਾ ਘੇਰਾ ਰਹੂਗਾ, ਬਹੁਤ ਘੇਰਾ ਜੀ ਇਹਦਾ, 28 ਤੱਕ ਕੱਟ ਵਰਕ ਹੋਇਆ ਹੋਇਆ ਇਹਦੇ 'ਤੇ। ਮੈਂ ਹੁਣ ਤੁਹਾਨੂੰ ਕੱਟ ਵਰਕ ਨੇੜੇ ਕਰਕੇ ਦਿਖਾਉਣੀ ਹੈ। ਰੈੱਡ ਕਲਰ ਦੇ ਨਾਲ ਕੱਟ ਵਰਕ ਹੋਇਆ, ਨਾਲ ਵਾਈਟ ਕਲਰ ਦੀ ਬੂਟੀ ਵੀ ਪਈ ਹੋਈ ਹੈ। ਠੀਕ ਹੈ, ਇਸ ਤਰ੍ਹਾਂ ਦੇ ਬਾਜੂ 'ਤੇ ਹੈ ਔਰ ਇਸ ਤਰ੍ਹਾਂ ਦੀ ਇਹਦੇ ਫਰੰਟ ਘੇਰੇ 'ਤੇ ਕੱਟ ਵਰਕ ਹੋਇਆ ਹੋਇਆ। ਠੀਕ ਹੈ, ਬਲੈਕ ਕਲਰ ਦੇ ਵਿੱਚ ਹੈਗਾ ਔਰ ਬੇਫਿਕਰ ਹੋ ਕੇ ਤੁਸੀਂ ਲੈ ਸਕਦੇ ਹੋ, ਬਿਲਕੁਲ ਕੋਈ ਪ੍ਰੋਬਲਮ ਨਹੀਂ ਆਊਗੀ, ਕੋਈ ਸ਼ਿਕਾਇਤ ਨਹੀਂ ਹੈ ਜੀ ਇਸ ਸਟੱਫ ਦੀ। ਠੀਕ ਹੈ ਜੀ, ਬਹੁਤ ਸੋਹਣਾ ਪ੍ਰਿੰਟ ਹੈ ਅਤੇ ਇਹ ਸੂਟ ਦੀ ਪ੍ਰਾਈਸ ਰਹੂਗੀ ਸਿਰਫ ਅਤੇ ਸਿਰਫ 1150 ਰੁਪਏ। 1150 ਦੇ ਵਿੱਚ ਵਿਦ ਕੱਟ ਵਰਕ ਸੂਟ ਤੁਹਾਨੂੰ ਮਿਲੂਗਾ। ਲਓ ਜੀ ਅਗਲਾ ਹੈਗਾ ਰੈੱਡ ਕਲਰ ਦੇ ਵਿੱਚ ਕੱਟ ਵਰਕ, ਇਹਦੇ 'ਤੇ ਵੀ ਰਹੂਗਾ ਸੇਮ ਕੱਟ ਵਰਕ ਰਹਿਣਾ ਇਹਦੇ 'ਤੇ ਵੀ। ਤੁਹਾਨੂੰ ਇੱਕ ਕਲਰ ਦੇ ਵਿੱਚ 2-2 ਸੂਟ ਵੀ ਮਿਲ ਜਾਣਗੇ, ਜੇ ਕਿਸੇ ਨੇ ਇੱਕੋ ਜਿਹੇ 2 ਸੂਟ ਲੈਣੇ ਹੋਏ ਤਾਂ ਵੀ ਲੈ ਸਕਦੇ ਹੋ ਤੁਸੀਂ। ਆਹ ਲਓ ਜੀ ਇਹਦਾ ਕੱਟ ਵਰਕ ਦੇਖ ਲਓ, ਬਲਿਊ ਨਾਲ ਇਹਦਾ ਕੱਟ ਵਰਕ ਹੋਇਆ ਔਰ ਮਹਿੰਦੀ ਕਲਰ ਦੀਆਂ ਇਹਦੇ 'ਤੇ ਨਾਲ ਨਾਲ ਬੂਟੀ ਆ ਪੱਤੀਆਂ ਵੀ ਪਈਆਂ ਹੋਈਆਂ ਨੇ। ਠੀਕ ਹੈ ਜੀ, ਬਹੁਤ ਪਿਆਰਾ ਸੂਟ ਹੈ ਅਤੇ ਰੈੱਡ ਕਲਰ ਦੇ ਵਿੱਚ ਹੈ, ਵਿੱਚ ਫੋਇਲ ਪੇਂਟ ਹੈ ਇਹਦੇ ਵਿੱਚ ਅਤੇ ਬਾਜੂ 'ਤੇ ਵੀ ਕੱਟ ਵਰਕ ਹੈ ਔਰ ਘੇਰੇ 'ਤੇ ਵੀ ਕੱਟ ਵਰਕ ਮਿਲੂਗਾ। ਕੱਟ ਵਰਕ ਕਾਫੀ ਜ਼ਿਆਦਾ 27-28 ਤੱਕ ਮਿਲੂਗਾ ਤੁਹਾਨੂੰ। ਇਹ ਬਹੁਤ ਪਿਆਰਾ ਸੂਟ ਹੈ ਜੀ, ਛੱਡਣ ਵਾਲੇ ਸੂਟ ਨਹੀਂ ਹੈਗੇ ਇਹ, ਬਹੁਤ ਸੋਹਣੇ ਸੂਟ ਨੇ ਅਤੇ ਪ੍ਰੋਬਲਮ ਕੋਈ ਨਹੀਂ ਜੀ ਇਹਨਾਂ ਸੂਟਾਂ ਦੇ ਵਿੱਚ, ਬਹੁਤ ਜ਼ਿਆਦਾ ਸੋਹਣੇ ਸੂਟ ਹੈ। ਇੱਕ ਕਲਰ ਹੋਰ ਹੋਊਗਾ ਬਲਿਊ,
ਲੋ ਜੀ ਇਹ ਤੁਹਾਨੂੰ ਬਲੂ ਕਲਰ ਦੇ ਵਿੱਚ ਮਿਲੂਗਾ, ਨੇਵੀ ਬਲੂ ਕਲਰ ਦੇ ਵਿੱਚ। ਆ ਲਓ ਇਹ ਤੇ ਆਹ ਵਾਲਾ ਕਟਵਰਕ ਹੋਇਆ ਹੋਇਆ, ਠੀਕ ਹੈ। ਬਹੁਤ ਪਿਆਰਾ ਸੂਟ ਹੈ, ਤਿੰਨੇ ਕਲਰ ਕਲਰ ਫਰਕ ਹੈ, ਪ੍ਰਿੰਟ ਸੇਮ ਨੇ, ਕਟਵਰਕ ਤਿੰਨਾਂ ਤੇ ਹੋਇਆ ਹੋਇਆ ਔਰ ਫੋਇਲ ਪੇਂਟ ਵੀ ਹੈ। ਸਾਰੇ ਸੂਟ ਤੁਹਾਨੂੰ ਦੋ ਦੋ ਤਾਂ ਆਰਾਮ ਨਾਲ ਮਿਲ ਜਾਣਗੇ, ਕਈ ਸਾਡੇ ਕੋਲ ਤਿੰਨ ਤਿੰਨ ਸੂਟ ਵੀ ਹੈਗੇ ਨੇ ਇਹਦੇ ਵਿੱਚ, ਤੇ ਸਾਰਿਆਂ ਤੇ ਤੁਹਾਨੂੰ ਕਟਵਰਕ ਮਿਲੂਗਾ। ਤੇ ਪ੍ਰਾਈਸ ਹੈ ਜਿਹੜੀ ਉਹ 1150 ਰੁਪਏ, 1150 ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ। ਇੱਕ ਸੂਟ ਨਾ ਜੀ ਇਹਦੇ ਵਿੱਚ ਬਿਨਾਂ ਕਟਵਰਕ ਤੋਂ ਹੈ, ਪਰ ਉਹ 4 ਮੀਟਰ ਸੂਟ ਹੈ। ਲਓ ਇਹ ਵਾਲਾ ਸੂਟ ਹੈ ਜਿਹੜਾ ਉਹ ਬਿਨਾਂ ਕਟਵਰਕ ਤੋਂ ਹੈ। ਇਹ ਜੀ 3.5 ਹੈ, ਪਰ ਪਨਾ ਵੱਡਾ ਨਹੀਂ ਹੈਗਾ, ਛੋਟੇ ਪੰਨੇ ਦਾ ਸੂਟ ਹੈ। 3.5 ਮੀਟਰ ਮਿਲੂਗਾ, ਜੇ ਤੁਹਾਡਾ ਬਣਦਾ ਹੈ ਤਾਂ ਤੁਸੀਂ ਲੈ ਸਕਦੇ ਹੋ। ਲਓ ਜੀ ਨੈਕਸਟ ਹੈਗਾ ਇਹ ਵਾਲਾ ਸੂਟ, ਟਾਈ ਐਂਡ ਡਾਈ ਦੇ ਵਿੱਚ ਮਸਲੀਨ ਦਾ ਸੂਟ ਹੈ। ਇਹ ਵਾਲਾ ਟਾਈ ਐਂਡ ਡਾਈ ਦੇ ਵਿੱਚ ਕਟਵਰਕ ਹੋਇਆ ਹੋਇਆ ਨੀਚੇ, ਇਹ ਕੱਟ ਨਹੀਂ ਪਾਏ ਹੋਏ, ਇਹਦੇ ਨੀਚੋਂ ਕੱਪੜਾ ਕੱਟਿਆ ਨਹੀਂ ਆ, ਪਰ ਆਰਾਮ ਨਾਲ ਈਜ਼ੀਲੀ ਜਿਹੜਾ ਟੇਲਰ ਆ ਉਹ ਕੱਟ ਦੂਗਾ, ਤੁਸੀਂ ਖੁਦ ਵੀ ਘਰ ਕੱਟ ਸਕਦੇ ਹੋ ਇਹਨੂੰ। ਮੈਂ ਤੁਹਾਨੂੰ ਇਹਦਾ ਘੇਰਾ ਨਾਪ ਦਿੰਦੀ ਹਾਂ, ਕਟਵਰਕ ਕਿੰਨੇ 'ਤੇ ਹੋਇਆ ਹੋਇਆ, 23 ਤੱਕ ਕਟਵਰਕ ਹੋਇਆ ਹੋਇਆ ਜੀ ਇਹਦਾ। ਆ ਲਓ ਇਕੱਲਾ ਕਟਵਰਕ ਹੀ ਨਹੀਂ ਹੋਇਆ, ਅੱਗੇ ਮੈਂ ਤੁਹਾਨੂੰ ਹੋਰ ਵੀ ਦਿਖਾਉਣੀ ਹੈ, ਇਹਦੇ 'ਤੇ ਫਲਾਵਰ ਵੀ ਬਣੇ ਹੋਏ ਨੇ ਅੱਗੇ, ਅਤੇ ਇਹ ਹੈ ਜੀ ਇਹਦਾ ਬਾਜੂ ਦਾ ਫਲਾਵਰ। ਆ ਲਓ ਘੇਰੇ 'ਤੇ ਕਟਵਰਕ ਵਿਦ ਬਾਜੂ 'ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ, ਬਹੁਤ ਸੋਹਣਾ ਵਰਕ ਹੋਇਆ ਹੋਇਆ ਬਾਜੂ 'ਤੇ। ਅਤੇ ਟਾਈ ਐਂਡ ਡਾਈ ਵਾਲਾ ਸੂਟ ਹੈ, ਮਸਲੀਨ ਦੇ ਵਿੱਚ ਸੂਟ ਹੈ। ਲਓ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਦੀ ਹਾਂ, ਇਸ ਤਰ੍ਹਾਂ ਕਰਕੇ। ਆ ਲਓ ਇੱਦਾਂ, ਲਓ ਜੀ ਇਹ ਹੈਗੀਆਂ ਦੀਆਂ ਬਾਜੂ, ਇਹ ਵਾਲੀ ਬਾਜੂ, ਇਹ ਵਾਲੀ ਬਾਜੂ, ਠੀਕ ਹੈ ਜੀ। ਹੋਰ ਨੀਚੇ ਕਰਕੇ ਦਿਖਾ ਦਾਂ, ਕੈਮਰੇ ਦੇ ਵਿੱਚ ਪੂਰਾ ਆ ਜੂਗਾ। ਅਤੇ ਇਹ ਹੈਗਾ ਇਹਦਾ ਕਟਵਰਕ ਘੇਰੇ ਦਾ, ਠੀਕ ਹੈ ਜੀ। ਇਹ ਵਾਲਾ ਸੂਟ ਤੁਹਾਨੂੰ ਮਿਲੂਗਾ 900 ਦੇ ਵਿੱਚ, ਬਹੁਤ ਸੋਹਣੀ ਮਸਲੀਨ ਹੈ ਜੀ, ਮੋਟੀ ਮਸਲੀਨ ਵਾਲਾ ਸੂਟ ਹੈ ਇਹ, ਉਹ ਨਹੀਂ ਹੈ ਪਤਲਾ ਜਿਹਾ, ਨਹੀਂ ਸ਼ਾਈਨ ਕਰਦੀ ਹੈ, ਤੁਸੀਂ ਤੁਹਾਨੂੰ ਦੇਖ ਹੀ ਰਿਹਾ ਹੋਣਾ ਸ਼ਾਈਨ ਕਰਦਾ ਸੂਟ। ਲਓ ਮੈਂ ਤੁਹਾਨੂੰ ਦਿਖਾਉਣੀ ਹਾਂ ਪੂਰਾ ਖੋਲ ਕੇ। ਆ ਲਓ, ਲਓ ਜੀ ਇਹ ਇਹਦਾ ਬਾਜੂ ਅਤੇ ਸਲਵਾਰ ਦਾ ਵਰਕ ਹੈ, ਬਲੈਕ ਕਲਰ ਦੇ ਨਾਲ ਇੱਥੇ ਵਰਕ ਹੋਇਆ ਹੋਇਆ, ਅਨੀਅਨ ਜਿਹਾ ਸ਼ੇਡ ਹੈ, ਇਸ ਤਰ੍ਹਾਂ ਦਾ ਵਰਕ ਹੈ, ਨੈੱਟ ਜਿਹਾ ਬਣਿਆ ਹੋਇਆ, ਠੀਕ ਹੈ ਜੀ। ਸੇਮ ਹੀ ਵਰਕ ਤੁਹਾਨੂੰ ਬਾਜੂ 'ਤੇ ਮਿਲੂਗਾ ਔਰ ਸੇਮ ਹੀ ਵਰਕ ਤੁਹਾਨੂੰ ਸਲਵਾਰ 'ਤੇ ਮਿਲੂਗਾ। ਲਓ ਜੀ ਘੇਰਾ ਦੇਖ ਲਓ, ਘੇਰਾ ਨਾਪ ਦਿੰਦੀ ਹਾਂ ਮੈਂ ਕਿੰਨੇ 'ਤੇ ਕੱਟ ਵਰਕ ਹੋਇਆ ਹੋਇਆ, 19 ਤੱਕ ਵਰਕ ਹੋਇਆ ਹੋਇਆ ਜੀ, ਪਰ ਤੁਸੀਂ ਇਹਨੂੰ ਆਰਾਮ ਦੇ ਨਾਲ 20-21 ਤੱਕ ਲਿਜਾ ਸਕਦੇ ਹੋ ਮੇਰੇ ਖਿਆਲ ਦੇ ਵਿੱਚ, ਕਿਉਂਕਿ ਬਿਲਕੁਲ ਨਾਲੋਂ ਤਾਂ ਤੁਸੀਂ ਮੋੜਨਾ ਨਹੀਂ ਹੁੰਦਾ। ਅਤੇ ਲਓ ਜੀ ਇਹ ਵਾਲਾ ਵਰਕ ਹੋਇਆ ਹੋਇਆ ਫਰੰਟ 'ਤੇ, ਬਲੈਕ ਦੇ ਨਾਲ ਹੀ ਹੋਇਆ ਹੋਇਆ, ਨੇੜੇ ਕਰਕੇ ਦਿਖਾ ਦਿੰਦੀ ਹਾਂ ਤੁਹਾਨੂੰ, ਠੀਕ ਹੈ ਜੀ। ਅਤੇ ਮਸਲੀਨ ਦੇ ਵਿੱਚ ਸੂਟ ਮਿਲੂਗਾ, ਲਸ਼ ਲਸ਼ ਕਰਦਾ ਸੂਟ ਹੈ, ਬਹੁਤ ਪਿਆਰਾ ਸੂਟ ਹੈ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਬੇਫਿਕਰ ਹੋ ਕੇ ਲੈ ਸਕਦੇ ਹੋ ਤੁਸੀਂ ਇਹਨੂੰ। ਅਤੇ ਇਹਦੇ 'ਤੇ ਤੁਸੀਂ ਚਾਹੇ ਲਾਈਨਿੰਗ ਲਵਾਓ ਚਾਹੇ ਨਾ ਲਵਾਓ, ਕੋਈ ਚੱਕਰ ਨਹੀਂ ਹੈਗਾ, ਮੋਟੀ ਮਸਲੀਨ ਹੈ ਇਹ, ਥੋੜ੍ਹੀ ਜੀ ਗਫ ਵਾਲੀ, ਠੀਕ ਹੈ ਜੀ। ਜੇ ਲਵਾਉਣੀ ਹੈ ਸ਼ਰਟ ਦੇ ਅੱਗੇ ਪਿੱਛੇ ਲਵਾ ਲਓ, ਸਲਵਾਰ 'ਤੇ ਸਰ ਜੂਗਾ ਤੁਹਾਨੂੰ। ਆ ਲਓ ਇਹ ਹੈ ਜੀ ਇਹਦਾ ਦੁਪੱਟਾ, 4 ਸਾਈਡ ਇਸ ਤਰ੍ਹਾਂ ਦੀ ਲੇਸ ਬਲੈਕ ਕਲਰ ਦੀ, ਅਤੇ ਇਹ ਵਾਲਾ ਮਸਲੀਨ ਕੋਟਨ ਦੇ ਵਿੱਚ ਹੀ ਦੁਪੱਟਾ ਮਿਲੂਗਾ, ਦੁਪੱਟੇ ਦੇ ਵਿੱਚ ਸ਼ਾਈਨ ਕਰਦੀਆਂ ਲਾਈਨਾਂ ਵੀ ਦਿਖਦੀਆਂ ਤੁਹਾਨੂੰ, ਬਹੁਤ ਸੋਹਣਾ ਦੁਪੱਟਾ ਹੈ, ਚੌੜਾਈ ਪੂਰੀ ਹੈ ਦੁਪੱਟੇ ਦੀ, ਠੀਕ ਹੈ ਜੀ। ਅਤੇ ਲੰਬਾਈ ਵੀ ਪੂਰੀ ਹੈ, ਲੰਬਾਈ ਵੀ ਮੇਰਾ ਖਿਆਲ ਹੈ ਤੁਹਾਨੂੰ ਲਗਭਗ 2.5 ਹੋਊਗੀ, 2.5 ਤੋਂ ਮਾੜੀ ਮੋਟੀ ਭਾਵੇਂ ਘੱਟ ਹੋਵੇ, ਕਾਫੀ ਸੋਹਣਾ ਸੂਟ ਹੈ ਜੀ। ਅਤੇ ਕਲਰ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਸੋਹਣਾ ਹੈ। ਅਤੇ ਪ੍ਰਾਈਸ ਰਹੂਗੀ ਇਹ ਸੋਹਣੇ ਜੇ ਸੂਟ ਦੀ ਸਿਰਫ ਅਤੇ ਸਿਰਫ 1250 ਰੁਪਏ, ਇਹ 1250 ਦੇ ਵਿੱਚ ਮਿਲ ਜੂਗਾ ਇਹ ਵਾਲਾ ਸੂਟ, ਤੁਹਾਨੂੰ ਸ਼ਿਪਿੰਗ ਚਾਰਜਿਸ ਤੁਸੀਂ ਕੋਈ ਨਹੀਂ ਦੇਣੇ।
ਲਓ ਜੀ ਅਗਲਾ ਸੂਟ, ਇਹ ਵੀ ਉਸੇ ਤਰ੍ਹਾਂ ਹੀ ਮਸਲੀਨ ਦੇ ਵਿੱਚ ਹੈ। ਸ਼ਾਈਨ ਤੁਹਾਨੂੰ ਦੇਖ ਰਹੀ ਹੈ ਕਿੰਨਾ ਸੋਹਣਾ ਸੂਟ ਹੈ, ਵਿਧ ਦੁਪੱਟਾ ਸੂਟ ਹੈ। ਆ ਲਓ ਪੀਕੋਕ ਜਿਹਾ ਸ਼ੇਡ ਹੈ, ਵਰਕ ਬਹੁਤ ਸੋਹਣਾ ਹੈ, ਠੀਕ ਹੈ ਜੀ। ਆ ਲਓ ਬਹੁਤ ਪਿਆਰਾ ਵਰਕ ਹੋਇਆ, ਸਟੱਫ ਨਾ ਵਧੀਆ ਕਿੰਨਾ, ਸਟੱਫ ਤੁਹਾਨੂੰ 5 ਮੀਟਰ ਤੋਂ ਘੱਟ ਮਿਲੂਗਾ, 4.5 ਮੀਟਰ ਹੈ ਜੀ ਇਹ, ਪੂਰਾ 5 ਨਹੀਂ ਹੈਗਾ, ਇਹ 4.5 ਮੀਟਰ ਦਾ ਸੂਟ ਹੈ। ਅਤੇ ਸੂਟ ਕਾਫੀ ਸੋਹਣਾ ਹੈ, ਕਲਰ ਬਹੁਤ ਸੋਹਣਾ ਹੈ, ਅਤੇ ਬਾਜੂ 'ਤੇ ਇਹ ਵਾਲਾ ਵਰਕ ਹੋਇਆ ਹੋਇਆ, ਠੀਕ ਹੈ ਜੀ। ਬਾਜੂ ਦਾ ਵਰਕ ਦੇਖ ਲਓ, ਅਤੇ ਨਾਲ ਮੈਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾ ਦਿੰਦੀ ਹਾਂ। ਲਓ ਜੀ ਇਹ ਵਾਲਾ ਟਾਈ ਐਂਡ ਡਾਈ ਦੇ ਵਿੱਚ ਮਸਲੀਨ ਦਾ ਦੁਪੱਟਾ, ਇਹਦਾ ਉਸੇ ਤਰ੍ਹਾਂ ਹੀ ਦੁਪੱਟਾ, ਇਹਦਾ ਵੀ ਕਾਫੀ ਸੋਹਣਾ ਲੱਗਦਾ ਦੁਪੱਟਾ। ਆ ਲਓ ਜੀ ਲੇਸ ਲੱਗੀ ਹੋਈ ਹੈ ਬਲੈਕ ਕਲਰ ਦੀ, ਇਸ ਤਰ੍ਹਾਂ 4 ਸਾਈਡ ਕੋਟਨ ਮਸਲੀਨ ਦਾ ਦੁਪੱਟਾ ਹੈ, ਵਿੱਚ ਥੋੜ੍ਹੀ ਥੋੜ੍ਹੀ ਸ਼ਾਈਨ ਜੀ ਵੀ ਹੈ, ਥੋੜ੍ਹੀ ਥੋੜ੍ਹੀ ਸਿੱਪੀ ਲੱਗੀ ਹੋਈ ਹੈ ਜੀ ਵਿੱਚ ਇਹਦੇ। ਆ ਲਓ ਬਹੁਤ ਪਿਆਰਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਹੈ, ਅਤੇ ਦੁਪੱਟਾ 2.25 ਆਰਾਮ ਨਾਲ ਹੈਗਾ। ਲਓ ਚੌੜਾਈ ਬਹੁਤ ਹੈ ਜੀ ਦੁਪੱਟੇ ਦੀ। ਆ ਲਓ ਠੀਕ ਹੈ ਜੀ। ਲਓ ਜੀ ਅਗਲਾ ਸੂਟ ਹੈ, ਰੀਵਾ ਬ੍ਰਾਂਡ ਦਾ ਸੂਟ ਹੈਗਾ, ਨਿੱਕੀ ਬੂਟੀ ਦਾ ਸੂਟ ਹੈ, ਬਹੁਤ ਬਰੀਕ ਬਰੀਕ ਬੂਟੀ ਪਈ ਹੋਈ ਹੈ ਇਹਦੇ 'ਤੇ, ਅਤੇ ਇਹਦੇ ਨਾਲ ਜੀ ਇੱਕ ਚਿਕਨ ਦਾ ਪੈਚ ਲੱਗਿਆ ਹੋਇਆ ਬਾਜੂ 'ਤੇ ਵੀ ਔਰ ਘੇਰੇ 'ਤੇ ਵੀ। ਹਾਂ ਦੇਖ ਸਕਦੇ ਹੋ ਤੁਸੀਂ, ਬਹੁਤ ਸੋਹਣਾ ਪੈਚ ਲੱਗਿਆ ਹੋਇਆ ਔਰ ਬਹੁਤ ਹੀ ਸੋਹਣਾ ਪ੍ਰਿੰਟ ਅਤੇ ਕਲਰ ਹੈਗਾ ਇਹਦਾ, ਜਾਮਣੀ ਜਿਹਾ ਕਲਰ ਹੈ, ਅਤੇ ਉਹਦੇ ਉੱਪਰ ਲੱਗਿਆ ਹੋਇਆ ਇੱਕ ਵਾਈਟ ਘੇਰੇ ਦੇ ਉੱਪਰ ਪੈਚ ਵਿਦ ਬਾਜੂ ਪੈਚ। ਬਾਜੂ 'ਤੇ ਵੀ ਇਸ ਤਰ੍ਹਾਂ ਹੀ ਪੈਚ ਮਿਲੂਗਾ ਚਿਕਨ ਦਾ, ਔਰ ਘੇਰੇ 'ਤੇ ਵੀ ਇਸ ਤਰ੍ਹਾਂ ਚਿਕਨ ਦਾ ਪੈਚ ਮਿਲੂਗਾ ਇੱਕ, ਠੀਕ ਹੈ ਜੀ। ਸੋ ਇਹਦੀ ਪ੍ਰਾਈਸ ਹੈ ਜਿਹੜੀ ਉਹ ਪਹਿਲਾਂ 900 ਰੁਪਏ ਸੀ ਆਪਣਾ ਡਿਸਕਾਊਂਟ ਦੇ ਵਿੱਚ, ਇਹੀ ਸੂਟ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਕਿ ਪਰਸੋਂ ਵਾਲੀ 'ਚ ਪਾਇਆ ਸੀਗਾ ਇੱਕ ਦਿਨ, ਅਤੇ ਇਹਦੀ ਪ੍ਰਾਈਸ ਸੀਗੀ 900 ਰੁਪਏ ਡਿਸਕਾਊਂਟ ਦੇ ਵਿੱਚ, ਠੀਕ ਹੈ ਜੀ। ਪਰ ਹੁਣ ਇਹਦੇ 'ਤੇ ਵਰਕ ਕਰਾਇਆ ਹੋਇਆ, ਪੈਚ ਲੱਗਿਆ ਹੋਇਆ, ਇਸ ਕਰਕੇ ਇਹਦੀ ਪ੍ਰਾਈਸ ਹੁਣ 1250 ਰੁਪਏ ਹੈ ਜੀ। ਲਓ ਜੀ ਅਗਲਾ ਸੂਟ, SK ਦੀ ਕੋਟਨ 'ਤੇ ਬਣਿਆ ਹੋਇਆ ਸੂਟ ਹੈ ਇਹ, ਔਰ ਸਾਰੇ ਦੇ ਫਰੰਟ 'ਤੇ ਆਰੀ ਵਰਕ ਹੋਇਆ ਹੋਇਆ ਬਲੈਕ ਨਾਲ, ਉੱਥੋਂ ਨੈੱਕ ਨਿਕਲਣਾ ਜੀ ਉੱਪਰੋਂ ਮੇਰਾ ਖਿਆਲ ਹੈ, ਪਤਾ ਨਹੀਂ ਜੀ ਕੀ ਆ ਇਹਦਾ, ਇਹਦਾ ਸਮਝ ਨਹੀਂ ਆ ਰਹੀ ਇਸ ਤਰ੍ਹਾਂ। ਲਓ ਜੀ ਇਹ SK ਦੀ ਕੋਟਨ ਦਾ ਸੂਟ ਹੈਗਾ, ਕਾਫੀ ਸੋਹਣੀ ਕੋਟਨ ਹੈ, ਅਤੇ ਇੱਥੋਂ ਤੁਹਾਡਾ ਨੈੱਕ ਨਿਕਲੂਗਾ ਇੱਥੋਂ ਉੱਪਰੋਂ, ਅਤੇ ਆਰੀ ਵਰਕ ਦਾ ਕੰਮ ਹੋਇਆ ਵੈ ਸਾਰੇ 'ਤੇ, ਇਹ ਸਾਰਾ ਫਰੰਟ ਹੈ ਇਹਦਾ, ਅਤੇ ਆਹ ਵਾਲਾ ਜਾ ਕੇ ਇਹਦੇ ਨੀਚੇ ਚਲਿਆ ਜਾਣਾ ਘੇਰੇ 'ਤੇ, ਠੀਕ ਹੈ ਜੀ। ਅਤੇ ਤੁਸੀਂ ਘੇਰਾ ਜਿਹੜਾ ਉਹ ਆਪਣਾ ਸਾਈਡ ਤੋਂ ਕੱਢਣਾ ਹੈ, ਇਹ ਸਾਰਾ ਵਿਚਕਾਰ ਆ ਜੂਗਾ। ਹੁਣ ਮੈਂ ਤੁਹਾਨੂੰ ਇਹਦੀ ਬਾਜੂ ਦਾ ਵਰਕ ਦਿਖਾ ਦੇਣੀ ਹੈ, ਇਹ ਵਾਲਾ ਇਹਦਾ ਬਾਜੂ ਦਾ ਵਰਕ ਹੈ, ਆਰੀ ਵਰਕ ਹੋਇਆ ਵਾ ਬਲੈਕ ਕਲਰ ਦੇ ਨਾਲ। ਆ ਲਓ ਠੀਕ ਹੈ ਜੀ। ਅਤੇ ਪ੍ਰਾਈਸ ਇਹ ਸੂਟ ਦੀ ਰਹੂਗੀ 1450 ਰੁਪਏ, ਇਹ ਸੂਟ ਤੁਹਾਨੂੰ 1450 ਦੇ ਵਿੱਚ ਮਿਲੂਗਾ, ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ। ਰੀਵਾ ਬ੍ਰਾਂਡ ਦਾ ਸੂਟ ਹੈ ਜੀ। ਆ ਲਓ ਅਤੇ ਇਹਦੇ 'ਤੇ ਪੈਚ ਲੱਗੇ ਹੋਏ ਨੇ ਇਸ ਤਰ੍ਹਾਂ, ਔਰਗੈਂਜ਼ਾ ਦਾ ਪੈਚ ਹੈ, ਅਤੇ ਉਹਦੇ ਉੱਪਰ ਹੋਇਆ ਵਿਆ ਇਸ ਤਰ੍ਹਾਂ ਵਰਕ। ਆ ਲਓ ਬਹੁਤ ਪਿਆਰਾ ਸੂਟ ਹੈ, ਰੀਵਾ ਕੋਟਨ ਦਾ ਬ੍ਰੈਂਡਡ ਸੂਟ ਹੈ, ਅਤੇ ਇਹ ਹੈਗਾ ਜੀ ਇਹਦਾ ਬਾਜੂ 'ਤੇ ਔਰ ਸਲਵਾਰ 'ਤੇ ਪੈਚ ਲੱਗੇ ਹੋਏ ਨੇ, ਘੇਰੇ 'ਤੇ ਕੁਛ ਵੀ ਨਹੀਂ ਹੋਇਆ ਹੋਇਆ, ਬਾਜੂ 'ਤੇ ਸਲਵਾਰ ਦੇ ਉੱਪਰ ਅਸੀਂ ਪੈਚ ਲਵਾ ਕੇ ਕੰਮ ਕਰਾਇਆ ਹੋਇਆ। ਸੋ ਇਹਦੀ ਪ੍ਰਾਈਸ ਹੈ ਜਿਹੜੀ ਉਹ ਰਹੂਗੀ 1650, 1650 ਦੇ ਵਿੱਚ ਸੋਹਣਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ, ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ।
ਲੋ ਜੀ ਇੱਕ ਮੈਂ ਤੁਹਾਨੂੰ ਦੁਪੱਟਾ ਦਿਖਾ ਦਿਆਂ ਹੁਣ, ਬਹੁਤ ਸੋਹਣਾ ਦੁਪੱਟਾ ਹੈ। ਹਾਲੋ ਬਹੁਤ ਪਿਆਰਾ ਦੁਪੱਟਾ ਹੈ ਇਹ, ਜਿਵੇਂ ਲੇਡੀਜ਼ ਘਰੇ ਦੁਪੱਟੇ ਲੈਂਦੀਆਂ ਨੇ, ਖੁੱਲ੍ਹਾ ਡੁੱਲਾ ਐਨ ਚੌੜਾ ਦੁਪੱਟਾ ਪਿਆ। ਅਤੇ ਆਹ ਹੈਗਾ ਇਹਦਾ ਪ੍ਰਿੰਟ, ਆਹ ਹੈਗੀ ਇਹਦੀ ਕੰਨੀ, ਅਤੇ ਮਸਲੀਨ ਕੋਟਨ ਦੇ ਵਿੱਚ ਦੁਪੱਟਾ ਮਿਲੂਗਾ, ਬਹੁਤ ਸੋਹਣਾ ਦੁਪੱਟਾ। ਅਤੇ ਕੋਰਨਰਸ ਦੇ ਉੱਪਰ ਆਹ ਵਾਲੇ ਫਲਾਵਰ ਬਣੇ ਹੋਏ ਨੇ, ਇੰਨਾ ਸੋਹਣਾ ਦੁਪੱਟਾ ਜੀ ਇਹ, ਬਹੁਤ ਪਿਆਰਾ ਲੱਗਦਾ। ਹਾਲੋ ਚੌੜਾਈ ਬਹੁਤ ਜ਼ਿਆਦਾ, ਇਸ ਕਰਕੇ ਜਿਹੜੀ ਲੈਂਥ ਹੈ ਉਹ 2.25 ਹੋਊਗੀ, ਬਹੁਤ ਚੌੜਾ ਦੁਪੱਟਾ, ਖੁੱਲ੍ਹਾ ਖੁੱਲ੍ਹਾ, ਠੀਕ ਹੈ ਜੀ, ਬਹੁਤ ਸੋਹਣਾ ਲੱਗਦਾ। ਪ੍ਰਾਈਸ ਇਹਦੀ ਹੋਊਗੀ 350। ਇਸ ਦੁਪੱਟਾ ਜਿਹੜਾ ਤੁਹਾਨੂੰ ਇਹ ਇਕੱਲਾ ਦੁਪੱਟਾ 350 ਦੇ ਵਿੱਚ ਮਿਲਣਾ, ਪਰ ਦੁਪੱਟਾ ਬਹੁਤ ਜ਼ਿਆਦਾ ਸੋਹਣਾ, ਛੱਡਣ ਵਾਲਾ ਬਿਲਕੁਲ ਨਹੀਂ ਹੈਗਾ। ਲਓ ਜੀ ਹੋਰ ਮੈਂ ਤੁਹਾਨੂੰ ਟਾਈ ਐਂਡ ਡਾਈ ਦੇ ਵਿੱਚ ਸੂਟ ਦਿਖਾਉਣੇ ਆ। ਲਓ ਜੀ ਇਹ ਹੈਗਾ ਆਪਣੇ ਕੋਲ ਸ਼ਰਟ ਟਾਈ ਐਂਡ ਡਾਈ ਦੇ ਵਿੱਚ, ਜੋਰਜਟ ਦੇ ਵਿੱਚ ਸ਼ਰਟ ਮਿਲੂਗਾ। ਲਓ ਜੀ ਬਹੁਤ ਪਿਆਰੀ ਸ਼ਰਟ ਬਣੀ ਹੋਈ ਹੈ, ਲਓ ਠੀਕ ਹੈ, ਮਹਿੰਦੀ ਜਿਹਾ ਕਲਰ ਹੈ, ਮਹਿੰਦੀ ਪੈਰਟ ਜਿਹਾ। ਲਓ ਜੀ ਉੱਪਰੋਂ ਇਸ ਤਰ੍ਹਾਂ ਦਾ ਪਲੇਨ ਹੈ, ਔਰ ਇਹ ਇਹਦਾ ਹੈਗਾ ਬਾਰਡਰ, ਅਤੇ ਨਾਲ ਇਹਦੇ ਤੁਹਾਨੂੰ ਪਲੇਨ ਵਰਕ ਵਾਲੀ ਮਿਲੂਗੀ ਸਲਵਾਰ, ਸਲਵਾਰ 'ਤੇ ਇਹ ਵਾਲਾ ਵਰਕ ਹੋ ਜਾਂਦਾ, ਠੀਕ ਹੈ ਜੀ, ਇਹ ਵਾਲੀ ਵਰਕ ਵਾਲੀ ਸਲਵਾਰ ਹੈ, ਅਤੇ ਪਲੱਸ ਇਹ ਵਾਲਾ ਤੁਹਾਨੂੰ ਮਿਲੂਗਾ ਸ਼ਰਟ, ਠੀਕ ਹੈ ਜੀ, ਬਹੁਤ ਸੋਹਣਾ ਸੂਟ ਹੈ। ਅਤੇ ਇਹਦੀ ਪ੍ਰਾਈਸ ਹੈਗੀ ਹੈ 1550, 1550 ਦੇ ਵਿੱਚ ਬਿਨਾਂ ਦੁਪੱਟੇ ਤੋਂ ਤੁਹਾਨੂੰ ਸੂਟ ਮਿਲੂਗਾ। ਜੇ ਦੁਪੱਟਾ ਤੁਸੀਂ ਲਓਗੇ ਤਾਂ ਤੁਹਾਨੂੰ 600 ਦਾ ਨਾਲ ਦੁਪੱਟਾ ਪੈ ਜੂਗਾ। ਟਾਈ ਐਂਡ ਡਾਈ ਕਰਾ ਕੇ ਦੁਪੱਟਾ 600 ਦਾ ਨਾਲ ਪੈ ਜੂਗਾ। ਲਓ ਜੀ ਨੈਕਸਟ ਹੈਗਾ ਇਹ, ਇਹਦੇ 'ਤੇ ਇਹ ਵਾਲਾ ਵਰਕ ਹੋਇਆ ਵੇ ਸਲਵਾਰ 'ਤੇ, ਸ਼ਿਮਰ ਜੋਰਜਟ ਦੇ ਵਿੱਚ ਇਹ ਵਾਲਾ, ਅਤੇ ਨਾਲ ਉਸੇ ਤਰ੍ਹਾਂ ਹੀ ਸ਼ਰਟ ਮਿਲੂਗਾ ਤੁਹਾਨੂੰ ਟਾਈ ਐਂਡ ਡਾਈ ਦੇ ਵਿੱਚ, ਠੀਕ ਹੈ ਜੀ, ਇਹ ਵਾਲਾ ਸੂਟ ਹੈ, ਅਤੇ ਪ੍ਰਾਈਸ ਉਹੀ 1550। ਲਓ ਜੀ ਇਹ ਸੀ ਆਪਣੀ ਅੱਜ ਦੀ ਕੁਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ, ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ, ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜਿਹੀ ਕੁਲੈਕਸ਼ਨ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।